ਆ ਗਈ ਅੱਜ ਤਾਂ, ਅੱਜ ਦੇਖਦੇ ਹਾਂ ਕੀ ਕਹਿੰਦੀ ਹੈ ਇਹ। ਹਾਏ ਰੱਬ ਨੇ ਨਾ ਕਿੰਨਾ ਹੁਸਨ ਦਿੱਤਾ, ਜਮ੍ਹਾਂ ਕਹਿਰ ਕਮਾਉਣੀ ਆ, ਕਿਸੇ ਦੀ ਊਈ ਨਾ ਨਜ਼ਰ ਲੱਗ ਜੇ, ਜੇ ਸਜ ਕੇ ਆਵੇ ਨਾ ਇੱਕ ਅੱਧਾ ਤਾਂ ਮਰਿਆ ਲੈ। ਓਏ ਸੋਨੂੰ ਕਿਹਾ ਉਂਝ ਹਰ ਰੋਜ਼ ਚੁੱਪ ਕਰਕੇ ਲੰਘ ਨਹੀਂ ਦਿੰਦਾ ਮੈਂ, ਤੁਹਾਡੀ ਮਿੱਠੀ ਮਿੱਠੀ ਆਵਾਜ਼ ਸੁਣਨ ਨੂੰ ਦਿਲ ਬਹੁਤ ਕਰਦਾ। ਸਤਿਗੁਰ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ, ਪਲੀਜ਼ ਮੈਮ ਜਾਣ ਦੇ। ਉਹ ਤੂੰ ਤਾਂ ਨਹੀਂ ਗੱਲ ਕਰਨੀ, ਪਰ ਅਸੀਂ ਤਾਂ ਕਰਨੀ ਆ। ਸਤਿਗੁਰ ਪਲੀਜ਼ ਮੇਰਾ ਬਾਂਹ ਛੱਡ ਮੇਰੀ। ਉਹ ਬਾਂਹ ਛੱਡਣ ਨੂੰ ਥੋੜੀ ਫੜੀ ਆ, ਪਲੀਜ਼ ਉਹ ਛੱਡ ਦੇਣਾ, ਛੱਡ ਦੇਣਾ, ਪਰ ਇੱਕ ਸ਼ਰਤ ਤੇ। ਪਹਿਲਾਂ ਮੇਰੀ ਬਾਂਹ ਛੱਡ। ਸ਼ਰਤ ਇੱਕ ਤੇ। ਕੀ ਸ਼ਰਤ ਆ? ਆ ਨੰਬਰ ਆ ਮੇਰਾ, ਫੋਨ ਕਰ ਲਈ। ਹੁਣ ਵੀ ਤਾਂ ਆਈਆਂ ਲੈਣ ਤੇ, ਪਿਆਰ ਨਾਲ ਕਿੱਥੇ ਸਮਝਦੀ ਇਹ। ਕੀ ਹੋ ਗਿਆ? ਤੇਲ ਤਾਂ ਨਹੀਂ ਮੁੱਕ ਗਿਆ? ਤੇਲ ਤਾਂ ਹੈਗਾ। ਹੋ ਜਾ ਸਟਾਰਟ, ਮੈਂ ਇੰਟਰਵਿਊ ਦੇਣ ਕਿੰਨੀ ਲੇਟ ਹੋਈ ਜਾਂਦਾ। ਹੋ ਗਿਆ ਉਹੀ ਕੰਮ ਸਾਲਾ, ਮੇਰੀ ਤਾਂ ਕਿਸਮਤ ਹੀ ਖਰਾਬ ਹੈ, ਇੰਟਰਵਿਊ ਕਿੰਨੀ ਲੇਟ ਹੋ ਗਿਆ, ਨੌਕਰੀ ਨਹੀਂ ਮਿਲਣੀ। ਮੈਂ ਪਾਲੀ ਨੂੰ ਫੋਨ ਕਰਦਾ, ਸਾਰਾ ਨੈਟਵਰਕ ਵੀ ਹੈਗਾ ਇੱਥੇ ਦਾ। ਨਾ ਨਾ ਫੋਨ ਕਾਹਨੂੰ ਛੱਡਦਾ, ਮਸਾਂ ਘਰਦਿਆਂ ਨੇ ਫੋਨ ਲੈ ਕੇ ਦਿੱਤਾ, ਹੋਰ ਦਵਾਉਣਾ ਵੀ ਨਹੀਂ ਹੈਗਾ। ਆ ਸੁਣਨੇ ਰਾਹ 'ਤੇ ਆਉਂਦਾ ਵੀ ਨਹੀਂ, ਕੋਈ ਟਰੈਕਟਰ ਜੇ ਲੰਘੀ ਜਾਂਦੇ ਨੇ। ਆ ਜਾ ਯਾਰ ਕੋਈ, ਉਹ ਬੁਲਟ 'ਤੇ ਆਉਂਦਾ ਕੋਈ, ਉਹ ਆ ਬਾਈ ਨੂੰ ਰੋਕਦਾ ਵੀ ਯਾਰ ਹੈਲਪ ਹੀ ਕਰਦੇ, ਮੈਂ ਜਾਣਾ ਯਾਰ। ਉਹ ਰੋਕੀ ਬਾਈ, ਰੋਕੀ ਯਾਰ, ਰੋਕੀ ਰੋਕੀ। ਓਏ ਹੋ ਹੋ, ਮੇਰੇ ਹੀ ਬੁਲਟ ਲੱਭਿਆ ਤੈਨੂੰ ਮਰਨ ਨੂੰ? ਉਹ ਨਹੀਂ ਨਹੀਂ ਜੀ, ਮਾਫ਼ ਕਰਿਓ, ਮੈਂ ਮਰਨ ਵਾਸਤੇ ਥੋੜ੍ਹੀ ਆਇਆ ਸੀ, ਉਹਨਾਂ ਤਾਂ ਲਿਫਟ 'ਚ ਆਈਂਦੀ ਸੀ, ਮੈਨੂੰ ਐਂ ਸੀ ਕੋਈ ਮੁੰਡਾ ਆਉਂਦਾ ਬੁਲਟ 'ਤੇ। ਕਿਉਂ, ਕੁੜੀਆਂ ਦੇ ਬੁਲਟ ਚਲਾਉਣ 'ਤੇ ਪਾਬੰਦੀ ਹੈ ਕੋਈ? ਉਹ ਨਹੀਂ ਨਹੀਂ ਜੀ ਉਹ। ਹਾਂ ਵੈਸੇ ਤੇਰੀ ਸ਼ਕਲ ਦੇਖ ਕੇ ਲੱਗਦਾ ਤੇਰਾ ਮੋਟਰਸਾਈਕਲ ਖਰਾਬ ਹੋ ਗਿਆ ਹੋਣਾ। ਉਹ ਹਾਂਜੀ ਮੇਰਾ ਮੋਟਰਸਾਈਕਲ ਖਰਾਬ ਹੋ ਗਿਆ। ਉਹ ਤਾਂ ਚੱਲ ਠੀਕ ਆ, ਪਰ ਐਵੇਂ ਸੜਕ ਦੇ ਵਿਚਕਾਰ ਆ ਕੇ ਕਿਹੜਾ ਮੋਟਰਸਾਈਕਲ ਰੋਕਦਾ ਹੁੰਦਾ? ਉਹ ਤਾਂ ਚੱਲ ਮੈਂ ਸੀ ਜਿਹਨੇ ਰੋਕ ਲਿਆ, ਜੇ ਕੋਈ ਹੁੰਦਾ ਨਾ ਚਿੱਟੇ ਦਾ ਡੱਕਿਆ ਹੋਇਆ ਤੇਰਾ ਕਚੁੰਬਰ ਕੱਢ ਕੇ ਚਲੇ ਜਾਂਦਾ। ਉਹ ਸੋਰੀ ਜੀ, ਉਹ ਐਂ ਸੀ ਨਾ ਮੈਂ ਲਿਫਟ ਲੈਣੀ ਸੀ, ਕੋਈ ਰੁਕ ਨਹੀਂ ਰਿਹਾ ਸੀਗਾ, ਬਾਹਰ ਟਰੈਕਟਰ 'ਚ ਲੰਘੀ ਜਾਂਦੇ ਸੀ, ਮਸਾਂ ਕੋਈ ਮੋਟਰਸਾਈਕਲ ਲਿਖਿਆ ਸੀ, ਮੈਂ ਤਾਂ ਰੋਕ ਲਿਆ। ਅੱਛਾ ਵੈਸੇ ਤੇਰੇ ਮੋਟਰਸਾਈਕਲ ਨੂੰ ਕੀ ਹੋਇਆ? ਉਹ ਪਤਾ ਨਹੀਂ ਜੀ, ਝੂਟੇ ਜਿਹੇ ਮਾਰ ਕੇ ਬੰਦ ਹੋ ਗਿਆ, ਕੋਈ ਇੱਥੇ ਨੇੜੇ ਤੇੜੇ ਦੁਕਾਨ ਨਹੀਂ ਹੈਗੀ ਕੋਈ ਮਿਸਤਰੀ, ਮੈਂ ਇਹਨੂੰ ਸੈੱਟ ਕਰਾ ਲਵਾਂਗਾ, ਤੁਹਾਡੀ ਨਿਗਾਹ 'ਚ ਹੈਗਾ ਕੋਈ?
ਆਲੇ ਤੇੜੇ ਤਾਂ ਕੋਈ ਦੁਕਾਨ ਨਹੀਂ ਹੈਗੀ, ਪਰ ਅੱਗੇ ਨਾ ਇੱਕ ਮੁੰਡਾ ਆ ਕੰਮ ਕਰਦਾ ਆ, ਮੈਂ ਜਾਣਦੀ ਹਾਂ ਉਹਨੂੰ, ਫੋਨ ਕਰਾਂ ਮੈਂ? ਪੁੱਛ ਲਓ ਜੀ, ਤੁਹਾਡੀ ਬਹੁਤ ਮਿਹਰਬਾਨੀ ਹੋਊਗੀ, ਮੈਂ ਇੰਟਰਵਿਊ ਦੇਣ ਜਾਣਾ, ਲੇਟ ਹੋ ਜਾਂਦਾ। ਚੱਲ ਇੱਕ ਮਿੰਟ ਰੁੱਕ। ਹੈਲੋ, ਹਾਂ ਦੀਪੇ, ਕਿਵੇਂ ਆ? ਹਾਂ ਦੀਦੀ, ਵਧੀਆ। ਉਹ ਰਸਤੇ 'ਚ ਨਾ ਇੱਕ ਮੁੰਡੇ ਦਾ ਮੋਟਰਸਾਈਕਲ ਖਰਾਬ ਹੋ ਗਿਆ ਸੀ, ਮੈਂ ਤਾਂ ਫੋਨ ਲਾਇਆ ਸੀ। ਮੈਂ ਤਾਂ ਦੀਦੀ ਪਟਿਆਲੇ ਗਿਆ ਹੋਇਆ, ਮੈਂ ਤਾਂ ਸ਼ਾਮ ਤੱਕ ਆਊਂਗਾ। ਅੱਛਾ, ਚੱਲ ਠੀਕ ਆ। ਠੀਕ ਆ, ਓਕੇ। ਉਹ ਕੀ ਬਣਿਆ ਜੀ, ਆਉਂਦਾ ਉਹ? ਉਹ ਤਾਂ ਪਟਿਆਲੇ ਗਿਆ ਹੋਇਆ। ਓਹੋ ਯਾਰ, ਮੇਰੀ ਤਾਂ ਕਿਸਮਤ ਹੀ ਖਰਾਬ ਆ, ਪਤਾ ਨਹੀਂ ਕੀ ਰੱਬ ਦੀ ਕੁੜੀ ਛੇੜਤੀ ਮੈਂ। ਵੈਸੇ ਸ਼ਕਲ ਤਾਂ ਤੂੰ ਲੱਗਦਾ ਨਹੀਂ ਹੈਗਾ ਵੀ ਕੁੜੀ ਵੀ ਛੇੜੀ ਹੋਣੀ ਆ ਤੂੰ ਕਦੇ। ਵੈਸੇ ਜਾਣਾ ਕਿੱਥੇ ਤੂੰ? ਉਹ ਮੈਂ ਤਾਂ ਇਹ ਗੰਡੂ ਵਾਲੇ ਸਰਕਾਰੀ ਸਕੂਲ 'ਚ ਜਾਣਾ, ਉੱਥੇ ਟੀਚਰ ਵਾਸਤੇ ਇੰਟਰਵਿਊ ਹੈ ਮੇਰਾ, ਜੇ ਲੇਟ ਹੋ ਗਿਆ ਤਾਂ ਨੌਕਰੀ ਇੱਥੋਂ ਨਿਕਲ ਜੂ। ਅੱਛਾ, ਮੈਂ ਵੀ ਉੱਧਰ ਹੀ ਚੱਲੀ ਹਾਂ, ਜੇ ਤੂੰ ਜਾਣਾ ਤਾਂ ਚੱਲ ਸਕਦਾ, ਮੈਂ ਲਿਜਾ ਸਕਦੀ ਹਾਂ, ਪਰ ਇੱਕ ਸ਼ਰਤ 'ਤੇ, ਤੈਨੂੰ ਮੇਰਾ ਹੈਲਮੈਟ ਲੈ ਕੇ ਪਿੱਛੇ ਬੈਠਣਾ ਪੈਣਾ। ਓਏ, ਉਹ ਤਾਂ ਠੀਕ ਹੈ, ਪਰ ਬਗਾਨੇ ਬੰਦੇ ਨਾਲ ਡਰ ਨਹੀਂ ਲੱਗਣਾ ਹੁਣ? ਬਾਲੀ ਡਰਾਵਣਾ ਤੂੰ ਤਾਂ, ਫੜ ਬਹਿ ਜਾ ਪਿੱਛੇ। ਉਹ ਪਰ ਮੇਰਾ ਮੋਟਰਸਾਈਕਲ ਆ। ਤੂੰ ਮੋਟਰਸਾਈਕਲ ਦੀ ਟੈਨਸ਼ਨ ਨਾ ਲੈ, ਮੈਂ ਦੀਪੇ ਨੂੰ ਫੋਨ ਕਰ ਦਿੰਦੀ ਹਾਂ, ਉਹ ਕਿਸੇ ਨੂੰ ਭੇਜ ਕੇ ਨਾ ਤੇਰਾ ਮੋਟਰਸਾਈਕਲ ਲੈ ਜੂਗਾ, ਸ਼ਾਮ ਤੱਕ ਠੀਕ ਹੋ ਜੂ, ਫਿਰ ਤੂੰ ਲੈ ਆਈ। ਯਾਰ, ਇੱਥੇ ਖੜਾ ਟਾਈਮ ਖਰਾਬ ਕਰਨ ਦਾ ਵੀ ਕੋਈ ਫਾਇਦਾ ਨਹੀਂ, ਇਸੇ ਨਾਲ ਹੀ ਚਲਾ ਜਾਂਦਾ, ਟਾਈਮ ਨਾਲ ਪਹੁੰਚ ਜੂੰਗਾ, ਮੋਟਰਸਾਈਕਲ ਲੱਗੀ ਪਤਾ ਕਦੋਂ ਠੀਕ ਹੋ। ਜਾਣਾ ਤਾਂ ਚੱਲ, ਨਹੀਂ ਫੜਾ ਰਿਹਾ ਹੈਲਮਟ ਮੇਰਾ, ਮੈਂ ਜਾਵਾਂ, ਮੇਰੇ ਕੋਲ ਵੀ ਇੰਨਾ ਟਾਈਮ ਨਹੀਂ ਹੈਗਾ। ਉਹ ਨਹੀਂ, ਮੈਂ ਜਾਣਾ, ਚਲੋ, ਪਰ ਹੌਲੀ ਚਲਾਇਓ ਪਲੀਜ਼। ਮੋਟਰਸਾਈਕਲ ਮੈਂ ਚਲਾਇਆ ਨਹੀਂ, ਪਹਿਲੇ ਡਰਨ ਲੱਗ ਗਿਆ, ਬਹਿ ਜਾ, ਚੱਲੀਏ। ਚਲੋ, ਤੁਹਾਡਾ ਨਾਮ ਕੀ ਹੈ? ਵੈਸੇ ਗੰਡੂਆ ਤੁਹਾਡੀ ਕੋਈ ਰਿਸ਼ਤੇਦਾਰੀ ਹੈ? ਮੇਰੀਆਂ ਰਿਸ਼ਤੇਦਾਰਾਂ ਨਾਲ ਬਣਦੀ ਨਹੀਂ ਬਹੁਤੀ। ਫਿਰ ਗੰਡੂਆ ਕਿਉਂ ਜਾ ਰਹੇ ਤੁਸੀਂ? ਸ਼ਾਇਦ ਤੇਰੀ ਮੰਜ਼ਲ ਤੱਕ ਪਹੁੰਚਾਉਣ ਲਈ ਰੱਬ ਨੇ ਮੇਰਾ ਇੱਧਰ ਆਉਣ ਦਾ ਸਬੱਬ ਬਣਾਤਾ। ਅੱਛਾ, ਫਿਰ ਉਹੀ ਜਾ ਰਹੇ ਹੋ? ਹਾਂ ਵੀ ਤੇ ਨਾ ਵੀ, ਸਾਡਾ ਨਾ ਪੁਰਾਣਾ ਘਰ ਆ ਉੱਥੇ, ਕੁਝ ਪੁਰਾਣੀਆਂ ਯਾਦਾਂ, ਬਸ ਉਹੀ ਤਾਜ਼ਾ ਕਰਨ ਲਈ ਜਾ ਰਹੀ ਹਾਂ। ਅੱਛਾ ਅੱਛਾ, ਤੇ ਆ ਹੈਲਮਟ ਚਲਾਣ ਤੋਂ ਬਚਣ ਲਈ ਹੈ ਜਾਂ ਸੇਫਟੀ ਲਈ ਹੁੰਦਾ? ਸੇਫਟੀ ਦੀ ਮੇਰੇ ਨਾਲ ਜ਼ਿਆਦਾ ਜ਼ਰੂਰਤ ਤੈਨੂੰ ਆ, ਚੜਾ ਲੈ ਇਹ ਆਪਣੇ ਸਿਰ ਤੇ। ਖਾਣਾ ਤੇ? ਨਹੀਂ, ਮੈਂ ਤਾਂ ਕੁਛ ਨਹੀਂ ਖਾਣਾ ਹੈਗਾ, ਘਰੇ ਖਾ ਕੇ ਆਇਆ ਸੀਗਾ। ਓ ਯਾਰ, ਮੈਨੂੰ ਤਾਂ ਬਹੁਤ ਭੁੱਖ ਲੱਗੀ ਹੋਈ ਆ, ਆਏ ਚੱਲਦੇ ਆ, ਆਪਾਂ ਨਾ ਅੱਗੇ ਰੋਕਦੇ ਆ, ਕੁਝ ਖਾਂਦੇ ਆ। ਠੀਕ ਹੈ, ਅੱਗੇ ਰੋਕ ਲਓ, ਤੁਸੀਂ ਖਾ ਲਿਓ। ਇੱਥੇ ਕਿਉਂ ਰੋਕ ਲਿਆ? ਇਹ ਢਾਬਾ ਥੋੜ੍ਹੀ ਜਿਹਾ ਠਿੱਕ ਹੈ ਇਹ। ਉਹ ਤਾਂ ਮੈਨੂੰ ਵੀ ਪਤਾ। ਉਹ ਇੱਥੋਂ ਕੀ ਮਿਲੂਗਾ ਹੁਣ? ਸਬਜ਼ੀ ਤਾਂ ਮਿਲਣ ਨਹੀਂ ਲੱਗੀ, ਓਬਵੀਅਸਲੀ ਆ ਦਾਰੂ ਮਿਲੂਗੀ। ਉਹ ਤੁਸੀਂ ਦਾਰੂ ਪੀਂਦੇ ਹੋ? ਹਾਂ। ਇੰਨਾ ਹੈਰਾਨੀ ਨਾਲ ਕਿਉਂ ਦੇਖ ਰਿਹਾ, ਤੂੰ ਨਹੀਂ ਪੀਂਦਾ? ਉਹ ਨਹੀਂ, ਜੇਕਰ ਤੁਸੀਂ ਦਾਰੂ ਪੀ ਕੇ ਬੁਲਟ ਚਲਾਓਗੇ ਤਾਂ ਚਲਾਨ ਨਹੀਂ ਹੋ ਜਾਊਗਾ? ਉਹ ਕੁਝ ਨਹੀਂ ਹੁੰਦਾ, ਐਵੇਂ ਨਾ ਬੋਲੀ ਜਾ।
ਉਹ ਪਰ ਫਿਰ ਵੀ ਯਾਰ ਦਾਰੂ ਪੀ ਕੇ ਚਲਾਉਣਾ ਸੇਫ ਨਹੀਂ ਹੈਗਾ, ਲੱਗਦਾ ਐਕਸੀਡੈਂਟ ਵੀ ਹੋ ਸਕਦਾ ਆਪਣਾ। ਓਹੋ, ਤੂੰ ਤਾਂ ਬੰਦਾ ਹੀ ਕਿੰਨਾ ਡਰਪੋਕ ਆ, ਚੱਲ ਐਂ ਕਰ। ਫਸ ਗਿਆ ਯਾਰ ਸਵੇਰੇ ਸਵੇਰੇ, ਪਤਾ ਨਹੀਂ ਕਿਹਦਾ ਮੂੰਹ ਦੇਖ ਲਿਆ। ਉਹ ਇੱਕ ਗੱਲ ਪੁੱਛਾਂ, ਲੱਗਦਾ ਤੁਸੀਂ ਵਧੀਆ ਕਰਦੇ ਹੋ, ਫਿਰ ਆ ਦਿਨੇ ਸ਼ਰਾਬ ਮਾੜੀ ਗੱਲ ਨਹੀਂ ਹੈਗੀ? ਦਾਰੂ ਮਾੜੀ ਨਹੀਂ ਹੈਗੀ, ਇੱਥੇ ਸਾਰੇ ਮਾੜੇ ਨੇ। ਨਾਲੇ ਇਹ ਬੀਅਰ ਆ, ਦਾਰੂ ਦਿਖਦੀ ਪਈ ਆ ਤੈਨੂੰ? ਉਹ ਤਾਂ ਤੂੰ ਨਾਲ ਸੀ ਤਾਂ ਮੈਂ ਲੈ ਆਈ, ਨਹੀਂ ਤਾਂ ਮੈਂ ਸੋਚਿਆ ਸੀ ਵੋਡਕਾ ਲੈ ਕੇ ਆਊਂਗੀ। ਉਹ ਤੁਹਾਡੇ ਘਰਦੇ ਨਹੀਂ ਕੁਛ ਕਹਿੰਦੇ ਸਾਨੂੰ? ਕਰਦੇ ਨਹੀਂ ਕੁਛ ਕਹਿੰਦੇ? ਘਰੇ ਕੋਈ ਹੈ ਹੀ ਨਹੀਂ ਮੈਨੂੰ ਕੁਝ ਕਹਿਣ ਵਾਲਾ। ਬਾਕੀ ਤੂੰ ਕੀ ਲੈਣਾ ਮੇਰੇ ਤੋਂ? ਉਹ ਮੈਂ ਤਾਂ ਕੀ ਲੈਣਾ, ਤੁਸੀਂ ਕਿਹੜਾ ਮੈਥੋਂ ਕੋਈ ਤਨਖਾਹ ਲੈਣੀ ਸੀ ਜਿਹੜਾ ਤੁਸੀਂ ਮੈਨੂੰ ਨਾਲ ਲੈ ਕੇ ਆਏ ਹੋ? ਉਹ ਤਾਂ ਤੇਰੇ ਭੋਲੇ ਜਿਹੇ ਚਿਹਰੇ ਤੇ ਨਾ ਮੈਨੂੰ ਤਰਸ ਆ ਗਿਆ, ਇੰਨਾ ਕਿ ਅਹਿਸਾਨ ਕੀਤਾ ਮੈਨੂੰ ਤੇਰੇ ਤੇ। ਉਹ ਚੱਲ ਠੀਕ ਹੈ, ਆਪਦੇ ਬਾਰੇ ਤਾਂ ਨਹੀਂ ਦੱਸਣਾ, ਹੁਣ ਮੈਂ ਇੰਟਰਵਿਊ ਕਰਨੀ ਲੇਟ ਹੋਈ ਹੈ ਨਾ। ਹਾਂ ਸੱਚ, ਇੰਟਰਵਿਊ ਕਦੋਂ ਤੇਰੀ? ਉਹ 12 ਵਜੇ ਆ ਯਾਰ। 12 ਵਜੇ? ਹਾਂ ਤਾਂ ਬੱਜੀ 10 ਆ, ਕਿੰਨਾ ਟਾਈਮ ਪਿਆ, 1 ਘੰਟੇ 'ਚ ਪਹੁੰਚਾ ਦੂੰ ਤੈਨੂੰ, ਟੈਨਸ਼ਨ ਨਾ ਲੈ, ਬੈਠਾ ਰਹਿ। ਉਹ ਟੈਨਸ਼ਨ ਕੀ ਨਾ ਲੈ ਯਾਰ, ਜਿਹੜੇ ਹਿਸਾਬ ਨਾਲ ਤੁਸੀਂ ਦਾਰੂ ਪੀ ਜਾਂਦੇ ਮੈਨੂੰ ਲੱਗਦਾ ਨਹੀਂ ਵੀ ਪਹੁੰਚਾ ਦੋਗੇ। ਚਲੋ ਚਲੋ, ਮੈਂ ਇੰਟਰਵਿਊ ਆ, ਮੈਂ ਲੇਟ ਹੋ ਜਾਊਂਗਾ। ਓਹੋ, ਬਹਿ ਜਾ, ਤੈਨੂੰ ਜ਼ਿਆਦਾ ਹੀ ਕਾਹਲੀ ਆ। ਉਹ ਨਹੀਂ ਨਹੀਂ ਚੱਲਣਾ ਆਪਾਂ, ਥੋੜ੍ਹੀ ਜਿਹੀ ਰਹਿ ਗਈ। ਨਾ ਨਾ, ਚਲੋ ਚਲੋ ਤੁਰ ਪਓ ਯਾਰ। ਖੜਾ ਕਰ ਮੈਨੂੰ। ਉਹ ਯਾਰ ਮੇਰੀ ਗੱਲ ਸੁਣੋ, ਤੁਸੀਂ ਡਿਕਡੋਲੇ ਜੇ ਖਾਈ ਜਾਂਦੇ ਦੇਖੋ ਕਿਤੇ। ਕੀ ਕੀ ਦੇਖੋ? ਤੂੰ ਟੈਨਸ਼ਨ ਨਾ ਲੈ, ਤੂੰ ਬਸ ਪਿੱਛੇ ਬੈਠ, ਮੈਂ ਆਪ ਹੀ ਲੈ ਜੂ ਤੈਨੂੰ। ਓਏ ਖੜ ਜਾ ਯਾਰ, ਕਿਤੇ ਡੇਗ ਨਾ ਦਿਓ। ਉਹ ਕਿਧਰੇ ਨਹੀਂ ਡਿੱਗਦੇ, ਆਹ ਫੜ। ਉਹ ਯਾਰ ਹਾਏ, ਆਹ ਕੀ ਹੋ ਗਿਆ? ਮੈਂ ਕਿਹਾ ਸੀ ਨਾ ਸੱਟ ਲੱਗੂਗੀ, ਖਾ ਲਈ ਨਾ ਸੱਟ, ਆਪਦੇ ਹੱਥ ਤੇ ਚਰੀਟ ਵੱਜੀ। ਛੱਡ, ਉਹ ਪਾਗਲ ਹੈ ਤੂੰ, ਤੇਰੇ ਸੱਟ ਵੱਜੀ ਤੂੰ ਹੱਸੀ ਜਾਂਦੀ ਹੈ। ਇੰਨੀ ਕੁ ਸੱਟ ਨਾਲ ਨਾ ਮੈਨੂੰ ਕੁਝ ਨਹੀਂ ਹੋਣ ਲੱਗਿਆ, ਤੂੰ ਤਾਂ ਐਂ ਫੂਕਾ ਮਾਰਦਾ ਪਿਆ ਜਿਵੇਂ ਮੈਂ 2 ਸਾਲ ਦੀ ਜਵਾਕੜੀ ਹੁੰਦੀ ਹਾਂ। ਮੈਨੂੰ ਨਾ ਪਾਪਾ ਦੀ ਪਰੀ ਨਾ ਸਮਝੀ, ਛੇੜਨੀ ਆ ਮੈਂ ਤਾਂ ਛੇੜਨੀ, ਨਾਲੇ ਵੈਸੇ ਵੀ ਮਜ਼ਾਕ ਕਰਦੀ ਪਈ ਸੀ, ਕੁਝ ਨਹੀਂ ਹੋਇਆ ਮੈਨੂੰ, ਚੰਗੀ ਭਲੀ ਆ। ਉਹ ਯਾਰ ਜਮੀ ਸਰ ਗਿਆ ਤੇਰਾ ਵੀ। ਕਿਉਂ ਸਰ ਗਿਆ? ਮਜ਼ਾਕ ਕਰਦੀ ਪਈ ਸੀ ਪਾਗਲ, ਨਾਲੇ 1 ਬੀਅਰ ਦੀ ਬੋਤਲ ਨਾਲ ਨਾ ਕੋਈ ਨਸ਼ਾ ਨਹੀਂ ਹੁੰਦਾ, ਮੈਂ ਤਾਂ 5-5 ਪੀ ਜਾਂਦੀ ਹਾਂ। ਚੱਲੀਏ ਹੁਣ? ਉਹ ਬਸ ਰਹਿਣ ਦਿਓ ਜੀ, ਆਪਾਂ ਅਹਜੇ ਨਾਲ ਮੈਂ ਬੇਰੁਜ਼ਗਾਰੀ ਚੰਗਾ। ਚੱਲ ਫਿਰ ਐਂ ਕਰ, ਤੂੰ ਚਲਾ ਲੈ, ਮੈਂ ਪਿੱਛੇ ਬਹਿ ਜਾਂਦੀ ਹਾਂ। ਉਹ ਮੈਂ ਨਹੀਂ ਜਾਣਾ ਹੈਗਾ ਯਾਰ। ਮਰਜ਼ੀ ਆ ਤੇਰੀ। ਉਹ ਟਾਈਮ ਵੀ ਥੋੜ੍ਹਾ ਰਹਿ ਗਿਆ, ਸਹੀ ਸਲਾਮ ਤਾਂ ਪਹੁੰਚਾ ਦੋਗੇ? ਸਿਮਰ ਨੂੰ ਨਾ ਮਿੰਤਾ ਕਰਨ ਦੀ ਆਦਤ ਨਹੀਂ ਹੈਗੀ, ਮਰਜ਼ੀ ਆ ਤੇਰੀ। ਉਹ ਚੱਲ ਜਾਣਾ ਤਾਂ ਹੈਗਾ ਹੀ ਹੈ, ਹੌਲੀ ਚਲਾਇਓ ਪਰ।
ਚਲੋ ਆ ਲਓ ਤੁਹਾਡਾ ਆ ਗਈ ਤੇਰੀ ਮੰਜ਼ਿਲ। ਥੈਂਕ ਯੂ ਸੋ ਮੱਚ ਯਾਰ, ਅਤੇ ਮੈਂ ਵੀ ਲੇਟ ਹੋ ਰਿਹਾ ਲੱਗਦਾ, ਚੱਲਦਾ ਵਾਂ। ਠੀਕ ਹੈ, ਓਕੇ। ਇੱਥੇ ਪੁੱਛਦਾ ਯਾਰ ਕਿਸੇ ਨੂੰ। ਉਹ ਬਾਈ ਉਰੇ ਯਾਰ ਆਹ ਆਇਆ, ਓਏ ਉਹ ਮੇਰੇ ਡਾਕੂਮੈਂਟ ਲੈ ਗਿਆ। ਉਹ ਯਾਰ ਮੇਰੇ ਡਾਕੂਮੈਂਟ ਲੈ ਗਿਆ, ਦੇਖੀ। ਓਏ ਮੇਰੇ ਡਾਕੂਮੈਂਟ ਲੈ ਕੇ ਵਗ ਗਿਆ, ਦੇਖੀ ਯਾਰ। ਉਹ ਮੈਂ ਇੰਟਰਵਿਊ ਕਿਵੇਂ ਦੇਊਂਗਾ? ਮੇਰੀ ਗੱਲ ਸੁਣ, ਜਵਾਕਾਂ ਵਾਂਗੂ ਕਿਉਂ ਰੋਈ ਜਾਣਾ? ਫੜ ਪਿੱਛੇ ਬੈਠ ਮੇਰੇ। ਉਹ ਛੇਤੀ ਚੱਲ ਯਾਰ, ਉਹ ਵਗ ਗਿਆ ਦੇਖੀ, ਉਹ ਤੋਰ ਲੈ। ਮੇਰੀ ਇੰਟਰਵਿਊ ਲੰਘ ਗਈ, ਉਰੇ ਲੈ ਕੇ ਖੜਾਤਾ ਤੂੰ ਯਾਰ, ਉਹ ਕਿਤੇ ਦੀ ਕਿਤੇ ਟੱਪ ਜੂਗਾ ਯਾਰ। ਉਹਨੇ ਨਾ ਇੱਧਰ ਦੀ ਲੰਘਣਾ, ਹੋਰ ਕੋਈ ਰਸਤਾ ਹੈ ਨਹੀਂ ਇੱਥੋਂ ਬਾਹਰ ਨਿਕਲਣ ਦਾ। ਟੈਨਸ਼ਨ ਨਾ ਲੈ। ਹੁਣ ਉਹੀ ਟੱਪ ਜੂ ਮੇਰੇ ਥਾਪੜਾ ਮਾਰ ਕੇ, ਫਿਰ ਹੁਣ ਕੀ ਕਰਾਂਗੇ? ਰੋਣਾ ਬੰਦ ਕਰ, ਉਹ ਰੋਕ ਲੈ ਨੂੰ। ਉਹ ਆ ਗਿਆ, ਉਹ ਡਾਕੂਮੈਂਟ ਦੇ ਦੇ। ਉਹ ਡਾਕੂਮੈਂਟ ਆਏ ਹਾਏ ਓਏ ਓਹੋ, ਹੁਣ ਵਗ ਜਾ, ਹੁਣ ਵਗ ਜਾ, ਹੁਣ ਵਗ ਜਾ। ਲੈ ਆ ਗਿਆ ਨਜ਼ਾਰਾ ਹੀ ਆ ਗਿਆ ਤਾਂ। ਕਿਆ ਸੀ ਨਾ ਤੈਨੂੰ, ਤੂੰ ਤਾਂ ਐਵੇਂ ਟੈਨਸ਼ਨ ਲਈ ਹੋਈ ਸੀਗੀ, ਜਵਾਕ ਵਾਂਗੂ ਰੋਈ ਜਾਂਦਾ ਸੀ। ਉਹ ਤਾਂ ਦੱਸਿਆ ਨਹੀਂ ਹੈਗਾ, ਤੂੰ ਪਿਸਟਲ ਵੀ ਰੱਖਦੀ ਆਉਂਦੇ ਲਵੇ? ਇਹ ਹਥਿਆਰ ਨਹੀਂ, ਜਾਨ ਆ ਮੇਰੀ। ਉਹ ਮੈਨੂੰ ਤਾਂ ਲੱਗਿਆ ਸੀ ਬੈਲ ਪੁਣੇ ਦਾ ਨਸ਼ਾ ਇਕੱਲਾ ਪੰਜਾਬ ਦੇ ਮੁੰਡਿਆਂ ਨੂੰ ਹੀ ਹੈ, ਪਰ ਤੈਨੂੰ ਦੇਖ ਕੇ ਲੱਗਦਾ ਕੁੜੀਆਂ ਵੀ ਘੱਟ ਨਹੀਂ ਹੈਗੀਆਂ। ਤੈਨੂੰ ਤੇਰੇ ਘਰਦੇ ਨਹੀਂ ਰੋਕਦੇ ਆਹ ਸ਼ਰਾਬ ਪੀਣ ਤੋਂ, ਹਥਿਆਰ ਰੱਖਣ ਤੋਂ। ਉਹ ਬਸ ਕਰ ਯਾਰ, ਮੇਰੇ ਘਰਦਿਆਂ ਬਾਰੇ ਨਾ ਹੁਣ ਕੁਝ ਵੀ ਨਾ ਬੋਲੀ। ਨਾਲੇ ਆ ਦਾਰੂ ਮੈਂ ਸ਼ੌਂਕ ਲਈ ਨਹੀਂ ਪੀਂਦੀ, ਨਾਲੇ ਆ ਹਥਿਆਰ ਵੀ ਸ਼ੌਂਕ ਲਈ ਨਹੀਂ ਰੱਖੇ। ਇਹਦੇ ਪਿੱਛੇ ਵੀ ਕੋਈ ਜ਼ਿੰਦਗੀ ਦੀ ਕਹਾਣੀ ਆ ਮੇਰੀ। ਕਹਾਣੀ ਹੈ? ਕਿਹੜੀ ਕਹਾਣੀ? ਕੁਝ ਨਹੀਂ। ਓ ਯਾਰ ਕੁਛ ਨਾ ਕੁਛ ਤਾਂ ਹੈਗਾ ਹੀ ਹੈ, ਤੇਰੀ ਆਵਾਜ਼ ਦਾ ਦਰਦ ਸਾਫ ਸਾਫ ਦੱਸ ਰਿਹਾ ਵੀ ਕੋਈ ਵੱਡੀ ਉਹ ਗੱਲ ਹੈ। ਤੂੰ ਕੀ ਲੈਣਾ ਮੇਰੀ ਜ਼ਿੰਦਗੀ ਦੀ ਕਹਾਣੀ ਤੋਂ? ਚੱਲ ਠੀਕ ਹੈ, ਮੈਂ ਚੱਲਦਾ। ਚੱਲ ਬੈਸਟ ਆਫ ਲੱਕ, ਨਾਲੇ ਆਪਣੀ ਇੰਟਰਵਿਊ ਵਿੱਚ ਨਾ ਮੇਰੀ ਜ਼ਿੰਦਗੀ ਦੀ ਕਹਾਣੀ ਨਾ ਲਿਖਾਈ। ਠੀਕ ਹੈ, ਬਾਏ। ਵਾਹ, ਮੋਟਰਸਾਈਕਲ ਬਾਹਰ ਕੱਢ ਕੇ ਫੜਾ ਦੇ ਬਾਈਆਂ ਨੂੰ। ਆ ਵੀ ਬਣ ਗਈ ਗੱਲ। ਉਹ ਚਾਬੀ ਦਾ ਲਿਆ ਅੰਦਰੋਂ ਸੈੱਟ ਹੈ ਤਾਂ ਬਾਈ, ਹੋ ਗਿਆ ਮੋਟਰਸਾਈਕਲ ਆਪਣਾ? ਉਹ ਹਾਂ ਬਾਈ, ਬੈਠ ਤੂੰ, ਕਰ ਦਿਆਂ ਬਸ ਆਹ ਮੋਟਰਸਾਈਕਲ ਠੀਕ ਜਿਹਾ ਕਰਨ ਲੱਗ ਗਈ ਸੀ। ਫਿਰ ਮੈਂ ਇੱਕ ਗੱਲ ਪੁੱਛਦਾ ਇਹਨੂੰ। ਹਾਂ ਦੱਸ ਬਾਈ। ਉਹ ਕੁੜੀ ਦਾ ਬੜਾ ਖੌਫ ਹੈ, ਬੜੀ ਖਤਰਨਾਕ ਕੁੜੀ ਆ ਉਹ। ਉਹ ਨਾ ਨਾ ਬਾਈ, ਉਹ ਤਾਂ ਬਹੁਤ ਸਿਆਣੀ ਕੁੜੀ ਹੈ, ਉਹ ਤਾਂ ਹਿੰਮਤੀ ਕੁੜੀ ਹੈ ਬਾਈ। ਹਿੰਮਤੀ? ਹਾਂ, ਪਿਆਰ ਰੱਖਣ ਨੂੰ ਤੂੰ ਹਿੰਮਤ ਕਹਿੰਦਾ ਯਾਰ? ਉਹ ਨਹੀਂ ਬਾਈ, ਉਹਨੇ ਪਛਤਾਓ ਸੌਂਕ ਨੂੰ ਨਹੀਂ ਰੱਖਿਆ ਗਿਆ। ਉਹਦੇ ਪਿੱਛੇ ਇੱਕ ਕਹਾਣੀ ਹੈ ਬਾਈ। ਸਿਮਰ ਭੈਣ ਇਹੋ ਜਿਹੀ ਨਹੀਂ ਹੈਗੀ ਜੀ, ਉਹਦੀ ਇੱਕ ਜ਼ਿੰਦਗੀ 'ਚ ਹੋਏ ਹਾਦਸੇ ਨੇ ਉਹਨੂੰ ਜਮ੍ਹਾਂ ਬਦਲ ਕੇ ਰੱਖਤਾ। ਹਾਦਸਾ? ਹਾਂ ਬਾਈ ਹਾਦਸਾ, ਉਹਦਾ ਸਿੱਧੀ ਸਾਧੀ ਕੁੜੀ ਸੀ। ਫਿਰ ਮੈਨੂੰ ਦੱਸ ਯਾਰ ਕੀ ਗੱਲ ਹੋਈ ਸੀ? ਤੈਨੂੰ ਦੱਸਦਾ ਬਾਈ,
ਤੇ ਕਾਲਜ ਨਹੀਂ ਜਾਣਾ ਤੈਨੇ? ਨਹੀਂ ਵੀਰੇ, ਮੇਰਾ ਮਨ ਨਹੀਂ ਹੈਗਾ। ਕੀ ਗੱਲ ਆ, ਮੈਂ ਕਈ ਦਿਨਾਂ ਤੋਂ ਦੇਖ ਰਿਹਾ ਤੈਨੂੰ, ਤੂੰ ਪਰੇਸ਼ਾਨ ਜੀ ਲੱਗ ਰਹੀ ਆ। ਨਹੀਂ ਨਹੀਂ ਵੀਰੇ, ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੈਗੀ। ਮੰਮੀ ਡੈਡੀ ਦੁਨੀਆਂ ਤੋਂ ਜਾਣ ਤੋਂ ਬਾਅਦ ਤੇਰੇ ਮਾਂ ਵੀ ਮਾਇਆ, ਬਾਪ ਵੀ ਮਾਇਆ, ਇਹਦੇ ਵਿੱਚ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਹੈਗਾ। ਤੂੰ ਸਾਫ਼ ਸਾਫ਼ ਦੱਸ ਦੇ ਕੀ ਗੱਲ ਆ ਵੀਰੇ। ਉਹ ਤੈਨੂੰ ਕੋਈ ਤੰਗ ਕਰਦਾ? ਫਿਰ ਤਾਂ ਪਹਿਲਾਂ ਕਿਉਂ ਨਹੀਂ ਦੱਸਿਆ ਮੈਨੂੰ? ਕੌਣ ਤੰਗ ਕਰਦਾ ਦੱਸ ਮੈਨੂੰ। ਵੀਰੇ, ਉਹ ਆਪਣੇ ਪਿੰਡ ਵਾਲਾ ਸਤਿਗੁਰ ਨਹੀਂ ਹੈਗਾ, ਉਹ ਰੋਜ਼ ਤੰਗ ਕਰਦਾ ਮੈਨੂੰ ਜਦੋਂ ਮੈਂ ਕਾਲਜ ਆਉਂਦੀ ਹਾਂ ਅਤੇ ਜਾਂਦੀ ਹਾਂ। ਪਰ ਤਾਂ ਮੈਨੂੰ ਪਹਿਲਾਂ ਹੀ ਦੱਸਿਆ ਗਿਆ, ਤੂੰ ਐਂ ਕਰ ਕਾਲਜ ਜਾਣ ਲਈ ਤਿਆਰ ਆ ਹੁਣ? ਹਾਂਜੀ। ਤੂੰ ਐਂ ਕਰ, ਤੂੰ ਕਾਲਜ ਜਾ, ਚੱਲ ਤੇਰੇ ਮਗਰ ਮੈਂ ਆਉਣਾ, ਦੇਖਦਾ ਕੌਣ ਛੇੜਦਾ ਤੈਨੂੰ, ਕੌਣ ਤੰਗ ਕਰਦਾ। ਪਰ ਵੀਰੇ ਮੈਂ ਹੈਗਾ ਕਿ ਨਾ? ਠੀਕ ਹੈ, ਤੂੰ ਚੱਲ ਕਾਲਜ, ਮੈਂ ਆਉਣਾ ਤੇਰੇ ਮਗਰ, ਠੀਕ ਹੈ ਕਿ ਨਾ? ਸੁਣ ਦੇ ਓਏ, ਕੱਲ ਤੈਨੂੰ ਨੰਬਰ ਦਿੱਤਾ ਸੀ, ਲਾਇਆ ਕਿਉਂ ਨਹੀਂ? ਇੰਨੀ ਵੇਟ ਕਰੀ ਆ ਮੈਂ। ਮੈਂ ਤੈਨੂੰ ਕਿੰਨੀ ਵਾਰੀ ਕਿਹਾ ਮੇਰਾ ਇਹ ਨਾ ਰਾਹ ਨਾ ਰੋਕਿਆ ਕਰ, ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ, ਸੁਣ ਗਿਆ? ਤੂੰ ਪਿਆਰ ਨਾਲ ਨਹੀਂ ਮੰਨਦੀ, ਤੇਰੇ ਨਾਲ ਧੱਕਾ ਕਰਨਾ ਪਊਗਾ, ਉਹ ਨਾਲੇ ਤੈਨੂੰ ਪਤਾ ਮੇਰਾ, ਜਿਹੜੀ ਮੈਨੂੰ ਇੱਕ ਵਾਰ ਚੀਜ਼ ਪਸੰਦ ਆ ਜੇ ਉਹ ਹਾਸਿਲ ਕਰਕੇ ਰਹਿਣਾ ਮੈਂ, ਚਾਹੇ ਪਿਆਰ ਨਾਲ ਚਾਹੇ ਧੱਕੇ ਨਾਲ। ਬਕਵਾਸ ਨਾ ਕਰ, ਉਹ ਬੋਲ ਕੁਝ ਹੁਣ। ਤੈਨੂੰ ਕਿਹਾ ਨਾ ਓਏ, ਤੇਰੀ ਹਿੰਮਤ ਕਿ ਮੇਰੀ ਭੈਣ ਨੂੰ ਹੱਥ ਲਾਉਣ ਦੀ? ਉਹ ਤੂੰ ਕੌਣ ਆ ਓਏ, ਕੌਣ ਆ ਤੂੰ? ਮੇਰਾ ਭਾਈ ਆ ਓਏ। ਉਹ ਤੇਰੀ ਹਿੰਮਤ ਕਿਵੇਂ ਹੋਈ ਮਾਰਨ ਦੀ ਓਏ? ਉਹ ਕਹਿੰਦਾ ਮੈਂ ਦੱਸਦਾ ਤੈਨੂੰ ਤਾਂ। ਹੁਣ ਦੱਸ ਤੈਨੂੰ ਕੌਣ ਬਚਾਊਗਾ? ਭਾਈ ਨੂੰ ਲੈ ਕੇ ਆਈ ਸੀ ਨਾ ਮਗਰ, ਇਹਦਾ ਮਾਰਤਾ, ਹੁਣ ਦੱਸ। ਤੂੰ ਆਪਣਾ ਖਿਆਲ ਰੱਖੀ, ਆ ਚੱਕ ਮੇਰੀ ਆਖਰੀ ਨਿਸ਼ਾਨੀ ਆ, ਸਾਂਭ ਕੇ ਰੱਖੀ ਇਹਨੂੰ। ਬਸ ਬਈ, ਪਰ ਸਿਮਰ ਨੂੰ ਤੋੜ ਕੇ ਰੱਖਤਾ ਉਹ ਹਾਸੇ ਨੇ। ਬਾਕੀ ਯਾਰ, ਉਹਦੇ ਮਾਂ ਬਾਪ ਜਾਣ ਤੋਂ ਬਾਅਦ ਉਹਦਾ ਭਰਾ ਹੀ ਸਹਾਰਾ ਸੀ, ਉਹ ਵੀ ਚਲਾ ਗਿਆ, ਫਿਰ ਵਿਚਾਰੀ ਇਕੱਲੀ ਰਹਿ ਗਈ। ਬਸ ਉਹਨੇ ਇੱਕ ਹਿੰਮਤ ਨਹੀਂ ਹਾਰੀ ਹੈਗੀ। ਬਾਕੀ ਯਾਰ, ਬਹੁਤ ਸਿਆਣੀ ਕੁੜੀ ਆ ਭੈਣ ਆਪਣੀ। ਅੱਛਾ ਯਾਰ, ਹਾਂ ਹਾਂ, ਹਾਲਾਤ ਬੰਦੇ ਨੂੰ ਕੀ ਤੋਂ ਕੀ ਬਣਾ ਦਿੰਦੇ ਹਨਾ। ਹਾਂ ਬਈ, ਚੱਲ ਯਾਰ, ਕਿੰਨੇ ਪੈਸੇ ਹੋ ਗਏ ਤੇਰੇ ਬਈ? ਬਈ ਆਪਣੇ ਤਾਂ ਯਾਰ 150 ਹੋ ਗਿਆ, ਆ ਤੇਰਾ ਸੈੱਟ ਹੋ ਗਿਆ ਜਮਾ। ਠੀਕ ਆ ਬਾਈ, ਆਹ ਗੂਗਲ ਪੇ ਚੱਲਦਾ? ਹਾਂ ਹਾਂ ਬਾਈ, ਸਕੈਨਰ ਲੱਗਾ ਉਹ ਕਰ ਦਿਓ ਬਸ, ਉਹਨਾਂ ਤੇ ਕਰ ਦੂੰਗਾ ਮੈਂ। ਹਾਂ ਤੇ ਯਾਰ, ਤੇਰੀ ਸਿਸਟਰ ਆ, ਘਰ ਤਾਂ ਦੱਸ ਦੇ, ਮੈਂ ਤਾਂ ਥੈਂਕ ਯੂ ਕਰਨਾ ਸੀਗਾ। ਕਰ, ਬਸ ਸਿੱਧੀ ਗਲੀ ਹੈ ਵੀਰੇ, ਉਹ ਗੇਟ ਦੇ ਨਾ ਫੁੱਲ ਬੂਟੀ ਲੱਗੀ ਹੋਈ ਆ ਉਹਦੇ ਉੱਤੇ, ਉਹਨਾਂ ਦੀ ਗੇਟ ਆ ਬਸ ਉਹ। ਠੀਕ ਆ ਬਾਈ। ਹਾਂ ਬਈ, ਉਹ ਸੋਨੀਆ ਸਕੈਨਰ ਦੇ ਮੁੰਡੇ ਨੂੰ, ਗੂਗਲ ਪੇ ਕਰੂਗਾ। ਘਰ ਤਾਂ ਹੀ ਦੱਸਿਆ ਸੀ ਉਹਨੇ, ਅੰਦਰ ਕਿਵੇਂ ਜਾਵਾਂ? ਜਾ ਵੀ ਨਹੀਂ ਸਕਦਾ ਯਾਰ, ਚਲੋ ਅਸੀਂ ਦੇਖ ਲੈਂਦੇ।
ਤੇਰਾ ਘਰ ਕਿੱਥੋਂ ਲੱਭ ਲਿਆ? ਉਹ ਬਸ ਲੱਭ ਲਿਆ। ਅੱਛਾ, ਕੀ ਕਰਨ ਆਇਆ ਸੀ ਫਿਰ ਤੋਂ? ਮੈਂ ਤਾਂ ਤੁਹਾਡਾ ਥੈਂਕ ਯੂ ਕਰਨ ਆਇਆ ਸੀਗਾ, ਤੁਹਾਡੀ ਮਿਹਰਬਾਨੀ ਸਦਕਾ ਮੇਰੀ ਸਿਲੈਕਸ਼ਨ ਹੋ ਗਈ। ਅੱਛਾ, ਕੰਗ੍ਰੈਚੁਲੇਸ਼ਨਸ। ਥੈਂਕ ਯੂ ਜੀ। ਤੇ ਯਾਰ ਸੌਰੀ, ਮੈਂ ਤੁਹਾਨੂੰ ਉੱਤੇ ਇੰਨਾ ਕੁਛ ਕਹਿ ਤਾ, ਮੈਨੂੰ ਪਤਾ ਨਹੀਂ ਸੀ ਤੁਹਾਡੀ ਜ਼ਿੰਦਗੀ ਦੇ ਉਸ ਹਾਦਸੇ ਬਾਰੇ, ਉਹ ਤਾਂ ਮੈਨੂੰ ਪਾਲੀ ਨੇ ਦੱਸਿਆ। ਟਲਿਆ ਨਹੀਂ ਨਾ ਫਿਰ ਤੂੰ? ਹੋਏ, ਬਸ ਇੱਛਾ ਜੀ ਹੋਈ ਤੁਹਾਡੀ ਜ਼ਿੰਦਗੀ ਦੇ ਉਸ ਹਾਦਸੇ ਬਾਰੇ ਜਾਣਨ ਦੀ। ਅੱਛਾ, ਹੁਣ ਕੀ ਕਰਦਾ ਪਿਆ? ਕਿਵੇਂ ਕੀ ਸੀਗਾ? ਮਤਲਬ ਮੇਰੇ ਵਾਲਾ ਬੁਲਟ ਨਾ ਕੋਈ ਮੰਗ ਕੇ ਲੈ ਕੇ ਗਿਆ ਹੋਇਆ, ਮੈਂ ਸ਼ਹਿਰ ਤੱਕ ਜਾਣਾ ਸੀ, ਜੇ ਤੂੰ ਮੈਨੂੰ ਲੈ ਕੇ ਜਾ ਸਕਦਾ। ਜ਼ਰੂਰ ਲੈ ਕੇ ਜਾਵਾਂਗੇ, ਪਰ ਇੱਕ ਸ਼ਰਤ ਦੇ। ਸ਼ਰਤ? ਹਾਂਜੀ, ਤੁਹਾਨੂੰ ਆਪਣੀ ਫਰੈਂਡ ਲਿਸਟ 'ਚ ਸ਼ਾਮਿਲ ਕਰਨਾ ਪੈਣਾ ਮੈਨੂੰ। ਅੱਛਾ, ਚੱਲ ਠੀਕ ਆ, ਦੇ ਦਿੱਤਾ ਤੈਨੂੰ ਹੱਕ ਮੇਰੀ ਫਰੈਂਡ ਲਿਸਟ 'ਚ ਸ਼ਾਮਿਲ ਹੋਣ ਦਾ। ਆ ਜਾਓ ਫਿਰ ਭਾਈ। ਚੱਲ ਇੱਕ ਮਿੰਟ ਰੁਕ ਫਿਰ। ਉਹ ਹੱਸ ਕੇ ਲੰਘ ਜਾਂਦੀ ਪਰ ਦੱਸਦੀ ਗੱਲ ਨਹੀਂ, ਨੁਕਸਾਨ ਵੀ ਹੋ ਸਕਦਾ ਮੇਰੇ ਵੱਸ ਦੀ ਗੱਲ ਨਹੀਂ। ਰੇਸ਼ਮੀ ਜ਼ੁਲਫ ਨੂੰ ਮਾਨਤਾ ਬਣ ਕੇ ਕੰਘਾ ਲੱਗਣ ਲੱਗਾ ਏ, ਹੁਣ ਰੋਗ ਅਵੱਲਾ ਲੱਗੂਗਾ, ਕੋਈ ਚੰਗਾ ਲੱਗਣ ਲੱਗਾ ਏ, ਕੋਈ ਚੰਗਾ ਲੱਗਣ ਲੱਗਾ ਏ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਤੇ ਇਹ ਵੀਡੀਓ ਦਾ ਮੈਸੇਜ ਇਹ ਹੈ ਵੀ ਜਿਹੜੀਆਂ ਆਪਣੀਆਂ ਕੁੜੀਆਂ ਨੇ ਉਹਨਾਂ 'ਤੇ ਜੋ ਵੀ ਮੁਸੀਬਤ ਆਉਂਦੀ ਹੈ ਉਹਦੇ ਨਾਲ ਆਪਾਂ ਨੂੰ ਡੋਲਣਾ ਨਹੀਂ ਚਾਹੀਦਾ, ਅਤੇ ਉਹਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ। ਲੋਕ ਉਹੀ ਕਹਿੰਦੇ ਰਹਿੰਦੇ ਕੁੜੀਆਂ ਬਾਹਰ ਫਿਰਦੀਆਂ, ਦਾਰੂ ਪੀਂਦੀਆਂ ਨੇ, ਕੁੜੀਆਂ ਐਂ ਫਿਰਦੀਆਂ ਜਾਂ ਬਾਹਰ ਫਿਰਦੀਆਂ ਨੇ, ਕਿਉਂਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਨਾ ਵੀ ਉਹਨਾਂ ਦਾ ਪਿਛਲਾ ਦਰਦ ਕੀ ਹੈ ਜਾਂ ਕੁਛ ਵੀ ਆਪਾਂ ਨੂੰ ਪਤਾ ਨਹੀਂ ਹੁੰਦਾ। ਅਤੇ ਮਤਲਬ ਵੀਡੀਓ 'ਚ ਦੇਖ ਹੀ ਲਿਆ, ਬਾਕੀ ਵੀਡੀਓ 'ਚ ਦੇਖ ਹੀ ਲਿਆ, ਅਤੇ ਇਹ ਜ਼ਰੂਰ ਦੱਸਿਓ ਵੀ ਹੁਣ ਤਾਂ ਆਪਾਂ ਐਂਡ ਇਹਦਾ ਇੱਥੇ ਕਰਤਾ, ਵੀ ਅੱਗੇ ਤੁਹਾਨੂੰ ਇਹਦਾ ਪਾਰਟ ਚਾਹੀਦਾ ਜਾਂ ਨਹੀਂ ਚਾਹੀਦਾ। ਨਹੀਂ, ਬਾਕੀ ਤਾਂ ਐਂਡ ਹੀ ਆ ਵੈਸੇ, ਬਾਕੀ ਤਾਂ ਐਂਡ ਹੀ ਆ। ਅਤੇ ਬਾਕੀ ਹੁਣ ਬਾਈ ਜੀ ਬੋਲਣਗੇ ਪਹਿਲੇ 15 ਮਿੰਟ ਜਿਨ੍ਹਾਂ ਨੇ ਅਸੀਂ ਪਿਛਲੇ ਭਾਗ 'ਤੇ ਕਰੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ। ਅਤੇ ਬੱਬੂ ਧੂਰੀ, ਗੋਰੂ, ਸਿਮਰਨ ਨਗਲਾ, ਅਤੇ ਸੀਮਨ ਸ਼ਰਮਾ, ਅਤੇ ਪਬਜੀ ਪਲੇਅਰ ਬੰਦੇ ਇਹ ਵੀ ਕਮੈਂਟ ਕਰਦੇ ਨੇ, ਕਰਨਵੀਰ ਸਿੰਘ, ਅਤੇ ਭਿੰਦਾ ਅਮਨ, ਰਾਜ ਸਿੰਘ, ਕਾਰਤਿਕ ਆ ਗਈ ਹੈ, ਕਾਰਤਿਕ ਗੁਰਦੀਪ ਸ਼ਰਮਾ ਜੀ 5789, ਅਤੇ ਯੂਜ਼ਰ, ਅਤੇ ਇੰਦਰ ਜਖੇਪਲ, ਰਾਜ ਸਿੰਘ ਆ ਗਈ ਹੈ, ਅਨੂ ਪੱਟੀ, ਅਤੇ ਕਰਨਵੀਰ ਸਿੰਘ, ਡੀ ਕੇ ਓਫੀਸ਼ੀਅਲ ਭੈਣੀ, ਅਤੇ ਗੁਲਸ਼ਨ, ਸੁਨੀਲ, ਪਵਨਦੀਪ ਕੌਰ, ਅਤੇ ਹਰਪ੍ਰੀਤ ਕਲਿਆਣ। ਇਹ ਸੀ ਪਹਿਲੇ 15 ਕਮੈਂਟ ਜਿਨ੍ਹਾਂ ਨੇ ਬੈਸਟ ਫਰੈਂਡ ਪਾਰਟ ਦੂਜੇ ਦੇ ਕਰੇ ਸੀ, ਅਤੇ ਤੁਸੀਂ ਵੀ ਕਰਿਓ, ਅਗਲੀ ਵੀਡੀਓ 'ਤੇ ਤੁਹਾਡਾ ਵੀ ਨਾਮ ਬੋਲ ਦਾਂਗੇ ਆਪਾਂ। ਅਤੇ ਹੁਣ ਐਂ ਨਾ ਕਿਹੋ ਵੀ ਬੈਸਟ ਫਰੈਂਡ ਦਾ ਤੁਸੀਂ ਪਾਰਟ ਨਹੀਂ ਪਾਇਆ, ਉਹ ਅੱਗੇ ਆਊਗਾ। ਅਤੇ ਤੁਹਾਨੂੰ ਕਿਹਾ ਸੀ ਵੀ ਵਿੱਚ ਦੀ ਆਪਾਂ ਹੋਰ ਮਸਾਲਾ ਲੈ ਕੇ ਆਉਂਦੇ, ਹਾਂ ਉਹ ਪਾਵਾਂਗੇ, ਉਹ ਵੀ ਆਪਾਂ ਪਾਵਾਂਗੇ, ਉਹਦਾ ਕੰਟੀਨਿਊ ਰੱਖਾਂਗੇ ਪਾਰਟ ਆਪਾਂ ਇਹ। ਅਤੇ ਉਹ ਕਰਮ ਆਪਣੇ ਰਾਈਟਰ ਨੇ ਜਿਹੜੇ, ਉਹਨਾਂ ਨੂੰ ਕੋਈ ਕੰਮ ਹੋ ਗਿਆ ਜੀ, ਉਹ ਲਿਖਣ 'ਚ ਉਹਨਾਂ ਨੂੰ ਪ੍ਰੋਬਲਮ ਆ ਰਹੀ ਸੀ ਤਾਂ ਕਰਕੇ ਉਹ ਲੇਟ ਹੋ ਗਏ, ਅਤੇ ਬਸ ਕਰ ਦਾਂਗੇ ਬਾਅਦ ਵੀਕ 'ਚ ਪਾ ਦਾਂਗੇ। ਅਤੇ ਆਪਣਾ ਪੇਜ ਹੈ ਫੇਸਬੁੱਕ 'ਤੇ ਪਾਲੀ ਗੁਰੀ ਮੂਵੀਜ਼, ਉਹਨੂੰ ਜ਼ਰੂਰ ਫੋਲੋ ਕਰ ਲਿਓ। ਅਤੇ ਆਪਣਾ ਇੰਸਟਾਗ੍ਰਾਮ 'ਤੇ ਆਈ ਡੀ ਹੈ ਗੰਡੂਆਂ GTV, ਉੱਥੇ ਸਾਨੂੰ ਮੈਸੇਜ ਕਰਦੇ ਹਾਂ, ਉੱਥੇ ਫੋਲੋ ਜ਼ਰੂਰ ਕਰ ਲਿਓ, ਅਪਡੇਟ ਦਿੰਦੇ ਰਹਿੰਦੇ ਹਾਂ ਵੀਡੀਓ ਦੀ ਵੀ ਕਦੋਂ ਆਉਣੀਆਂ ਕਦੋਂ ਨਹੀਂ ਆਉਣੀਆਂ ਵੀ ਕਦੋਂ ਪੈਣੀ ਹੈ, ਅਤੇ ਪੋਸਟਾਂ ਵੀ ਪਾਉਂਦੇ ਰਹਿੰਦੇ ਹਾਂ, ਲਾਈਕ ਕਰਦਿਆ ਕਰੋ ਉੱਥੇ ਜਾ ਕੇ ਵੀ। ਅਤੇ ਹੋਰ ਜੀ
ਬਾਜੀ ਅਤੇ ਇਹ ਦੱਸ ਦਿਓ ਅਤੇ ਕਮੈਂਟ ਕਰਕੇ ਵੀ ਇਹ ਸਹੀ ਐਂਡ ਜਾਂ ਕੋਈ ਪਾਰਟ ਦਾ ਲੈ ਕੇ ਆਉਣਾ, ਜਿਵੇਂ ਤੁਸੀਂ ਕਹੋਗੇ ਉਵੇਂ ਆਪਾਂ ਕਰ ਦਾਂਗੇ। ਅਤੇ ਬੈਸਟ ਫਰੈਂਡ ਨਾ ਭੁੱਲਿਓ, ਦੋਸਤੀ ਜਾਂ ਪਿਆਰ ਸਭ ਕੁਛ ਆਊਗਾ। ਅਤੇ ਬਾਕੀ ਆਪਾਂ ਨੇ ਬੈਸਟ ਫਰੈਂਡ ਦਾ ਪਾਰਟ ਦੂਜਾ ਲਾਈਵ ਕੀਤਾ ਸੀ, ਹੈ ਨਾ, ਸਾਰੇ ਲਾਈਵ ਵੇਖਿਆ ਹੋਣਾ ਸਾਰਿਆਂ ਨੇ। ਆਪਾਂ ਚੈਟ 'ਤੇ ਉੱਥੇ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ, ਉਹ ਵੀ ਦੱਸਿਓ ਵੀ ਲਾਈਵ ਕਰਿਆ ਕਰੀਏ, ਵੀ ਸਿੱਧੀ ਅਪਲੋਡ ਹੀ ਪਬਲਿਕ ਕਰਦਿਆ ਕਰੀਏ। ਵਿੱਚ ਵੀਰਾਂ ਨੇ ਭੈਣਾਂ ਨੇ ਵਿੱਚ ਬਹੁਤ ਗੱਲਬਾਤ ਕੀਤੀਆਂ ਜੀ, ਗੱਲਾਂ ਪੁੱਛੀਆਂ ਜੀ, ਉਹਨਾਂ ਦਾ ਜਵਾਬ ਦਿੱਤਾ ਜੀ ਅਸੀਂ ਨੇ। ਵੀ ਉਹ ਦੱਸਿਓ ਵੀ ਲਾਈਵ ਕਰਦਿਆ ਕਰੀਏ, ਵੀ ਪ੍ਰੀਮੀਅਰ ਕਰਦਿਆ ਕਰੀਏ ਵੀਡੀਓ ਨੂੰ। ਅਤੇ ਬਾਕੀ ਮਿਲਦੇ ਆਪਾਂ ਆਪਣੇ ਨੈਕਸਟ ਵੀਡੀਓ ਨਾਲ, ਦੇ ਤੀਜੇ ਭਾਗ ਨਾਲ ਜਾਂ ਕੋਈ ਨਵੀਂ ਵੀਡੀਓ ਨਾਲ ਮਿਲਾਂਗੇ ਆਪਾਂ ਤੁਹਾਨੂੰ। ਅਤੇ ਇਹਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅੱਗੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰ ਦਿਓ ਜੀ। ਓਕੇ, ਥੈਂਕ ਯੂ, ਲਵ ਯੂ। ਬਾਕੀ ਜੋ ਵੀ ਪ੍ਰੋਬਲਮ ਆਈ ਵੀਡੀਓ ਸਾਨੂੰ ਉਹ ਵੀ ਦੱਸ ਦਿਓ। ਓਕੇ ਜੀ।